59-11 ਤੇ ਹੋਵੇਗੀ ਛੋਟੇ ਮੂਸੇਵਾਲਾ ਦੀ ਐਂਟਰੀ। ਚਮਕਾਇਆ ਜਾ ਰਿਹਾ ਸਿੱਧੂ ਮੂਸੇਵਾਲੇ ਦਾ ਫੇਵਰਟ ਟਰੈਕਟਰ। ਜਲਦ ਮੂਸਾ ਹਵੇਲੀ 'ਚ ਪੈਰ ਪਾਵੇਗਾ ਛੋਟਾ ਸਿੱਧੂ। ਮੂਸਾ ਪਿੰਡ 'ਚ ਹੋਇਆ ਦੀਵਾਲੀ ਵਰਗਾ ਮਾਹੌਲ। ਤਾਂ ਦੱਸ ਦਈਏ ਕਿ ਮਾਤਾ ਚਰਨ ਕੌਰ ਨੇ ਇੱਕ ਬੇਟੇ ਨੂੰ ਜਨਮ ਦਿੱਤਾ, ਯਾਨੀ ਕਿ ਸਿੱਧੂ ਮੂਸੇਵਾਲੇ ਦਾ ਛੋਟਾ ਭਰਾ ਹੁਣ ਇਸ ਦੁਨੀਆ 'ਤੇ ਆ ਗਿਆ ਅਤੇ ਉਸਨੂੰ ਲੈ ਕੇ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ। ਪਿੰਡ ਮੂਸਾ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਦੀਵਾਲੀ ਵਰਗਾ ਮਾਹੌਲ ਹੈ ਅਤੇ ਇਸਦੇ ਨਾਲ ਹੀ ਮੂਸਾ ਹਵੇਲੀ ਦੇ ਵਿੱਚ ਵੀ ਖੂਬ ਰੌਣਕਾਂ ਲੱਗੀਆਂ ਹੋਈਆਂ ਨੇ। ਤਾਂ ਦੱਸ ਦਈਏ ਕਿ ਐਤਵਾਰ ਨੂੰ ਮਾਤਾ ਚਰਨ ਕੌਰ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਅਤੇ ਇਸਦੀ ਖੁਸ਼ੀ ਜੋ ਹੈ ਉਹ ਖੁਦ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਦੇ ਉੱਤੇ ਸਾਰਿਆਂ ਦੇ ਨਾਲ ਸਾਂਝੀ ਕੀਤੀ ਸੀ। ਹਾਲਾਂਕਿ ਜਿਵੇਂ ਹੀ ਉਹਨਾਂ ਨੇ ਇਹ ਖੁਸ਼ੀ ਸਾਂਝੀ ਕੀਤੀ ਤਾਂ ਤਮਾਮ ਲੋਕ ਉਹਨਾਂ ਨੂੰ ਵਧਾਈਆਂ ਦੇਣ ਵਾਲੇ ਉਸ ਥਾਂ ਦੇ ਉੱਤੇ ਵੀ ਪਹੁੰਚਣੇ ਸ਼ੁਰੂ ਹੋ ਗਏ ਅਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਅਤੇ ਹੁਣ ਜਲਦ ਹੀ ਕਿਹਾ ਜਾ ਰਿਹਾ ਕਿ ਛੋਟਾ ਸਿੱਧੂ ਮੂਸੇਵਾਲਾ ਜਲਦ ਹੀ ਆਪਣੇ ਪਿੰਡ ਮੂਸਾ ਦੇ ਵਿੱਚ ਪਹੁੰਚਣ ਵਾਲਾ ਹੈ ਅਤੇ ਕਿਹਾ ਜਾ ਰਿਹਾ ਕਿ ਜਦੋਂ ਉਸਦੀ ਘਰ ਦੇ ਵਿੱਚ ਐਂਟਰੀ ਹੋਵੇਗੀ ਤਾਂ ਉਹ ਸਿੱਧੂ ਮੂਸੇਵਾਲਾ ਦੇ ਫੇਵਰਟ ਟਰੈਕਟਰ 59-11 ਦੇ ਉੱਪਰ ਬਿਠਾ ਕੇ ਹੋਵੇਗੀ। ਤਾਂ ਦੱਸ ਦਈਏ ਕਿ ਲਗਾਤਾਰ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਵੱਡੀ ਗਿਣਤੀ ਦੇ ਵਿੱਚ ਲੋਕ ਵਧਾਈਆਂ ਦੇਣ ਦੇ ਲਈ ਪਹੁੰਚ ਰਹੇ ਨੇ ਅਤੇ ਜਲਦ ਤੋਂ ਜਲਦ ਹੁਣ ਕਿਹਾ ਜਾ ਰਿਹਾ ਕਿ ਛੋਟਾ ਸਿੱਧੂ ਵੀ ਆਪਣੇ ਪਿੰਡ ਮੂਸਾ ਦੇ ਵਿੱਚ ਪਹੁੰਚੇਗਾ ਅਤੇ ਜੋ ਉਸਦਾ ਫੇਵਰਟ ਟਰੈਕਟਰ ਸੀ ਵੱਡੇ ਭਰਾ ਦਾ ਸਿੱਧੂ ਮੂਸੇਵਾਲੇ ਦਾ, ਉਸਦੇ ਉੱਤੇ ਛੋਟੇ ਸਿੱਧੂ ਦੀ ਐਂਟਰੀ ਹੋਵੇਗੀ। ਤਾਂ ਦੱਸ ਦਈਏ ਕਿ ਹੁਣ 59-11 ਟਰੈਕਟਰ ਨੂੰ ਵੀ ਚਮਕਾਇਆ ਜਾ ਰਿਹਾ। ਤੁਹਾਨੂੰ ਪਤਾ ਵੀ ਝੋਟਾ ਦੁਬਾਰੇ ਆ ਗਿਆ ਤਾਂ ਹੁਣ ਕੱਪੜੇ ਵੱਜਣ ਲੱਗ ਗਏ ਤਾਂ ਤੁਹਾਨੂੰ ਪਤਾ ਉਹਨੇ ਆ ਕੇ ਫਿਰ ਇਹਨਾਂ ਨੂੰ ਧੱਕ ਪਾਉਣੀ ਹੈ ਡਿੱਬਿਆਂ ਦੇ ਵਿੱਚ ਘੁਮਾਉਣਾ ਜੀ। ਅੱਜ ਖੁਸ਼ੀ ਕਿੰਨੀ ਕੁ, ਗਲਾਲੀ ਵੀ ਖੇਡੀ ਜਾ ਰਹੀ ਹੈ, ਗਲਾਲੀ ਚੱਲੀ ਸਾਰੇ ਭਰਾ ਹੀ ਗਲਾਲੀ ਖੇਡੀ ਜਾਂਦੇ, ਅਸੀਂ ਵੀ ਖੇਡ ਰਹੇ ਹਾਂ ਅਤੇ ਖੁਸ਼ੀ ਤਾਂ ਤੁਹਾਨੂੰ ਪਤਾ ਜੀ, ਅਸੀਂ ਇੰਨਾ ਦੱਸ ਨਹੀਂ ਸਕਦੇ ਅੰਦਰੋਂ ਕਿੰਨੀ ਖੁਸ਼ ਹੁੰਦੀ ਸੀ। ਵਧਾਈਆਂ ਕਿੱਥੋਂ ਕਿੱਥੋਂ ਆ ਰਹੀਆਂ ਨੇ? ਵਧਾਈਆਂ ਤਾਂ ਜੀ ਸਵੇਰ ਦਾ ਮੇਰਾ ਫੋਨ ਬੰਦ ਹੀ ਨਹੀਂ ਹੋ ਰਿਹਾ ਜੀ, ਇੱਕ ਫੋਨ ਆਉਂਦਾ, ਚਾਰ ਚਾਰ ਫੋਨ ਆਉਂਦੇ ਆ। ਜਿਹੜੇ ਭਰਾ ਸਾਨੂੰ ਫੋਨ ਕਰਕੇ ਵਧਾਈਆਂ ਦੇ ਰਹੇ ਆ, ਅਸੀਂ ਵੀ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਤੱਕ ਵਧਾਈਆਂ ਦੇਣਾ ਚਾਹੁੰਦੇ ਹਾਂ, ਪੂਰੇ ਵਰਲਡ ਨੂੰ ਵਧਾਈ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਨੇ ਗੁਰੂ ਸਾਹਿਬ ਕੋਲ ਅਰਦਾਸਾਂ ਕੀਤੀਆਂ ਨੇ ਜਾ ਕੇ, ਅਤੇ ਅਸੀਂ ਉਹਨਾਂ ਨੇ ਸਿੱਧੂ ਸਾਹਿਬ ਵਾਪਸ ਆਇਆ ਉਹਨਾਂ ਦੀ ਅਰਦਾਸਾਂ ਨਾਲ, ਅਤੇ ਅਸੀਂ ਸਾਰੇ ਵਰਲਡ ਨੂੰ ਸਿੱਧੂ ਪਰਿਵਾਰ ਵੰਨੀਓ, ਮੂਸਾ ਨਗਰ ਵੰਨੀਓ ਲੱਖ ਲੱਖ ਵਧਾਈ ਦਿੰਦੇ ਜੀ। ਸਰਦਾਰ ਬਲਕੌਰ ਸਿੰਘ ਨਾਲ ਗੱਲਬਾਤ ਹੋਈ? ਜੀ ਜੀ, ਸਵੇਰੇ ਹੋਈ ਸੀ। ਕੀ ਕਹਿ ਰਹੇ ਨੇ ਫਿਰ? ਉਹ ਬਾਪੂ ਜੀ ਬਹੁਤ ਖੁਸ਼ ਹੋਏ ਜਦੋਂ ਗੱਲ ਹੋਈ ਅਤੇ ਭਾਵਕ ਵੀ ਹੋਏ ਨਾਲ, ਅਤੇ ਸਾਨੂੰ ਲੱਗਾ ਖੁਸ਼ੀਆਂ ਦੇ ਹੰਝੂ ਸੀਗੇ, ਅਤੇ ਜਿਹੜੇ ਉਹ ਜਿੰਨੇ ਵੀ ਖੰਝੂ ਆਏ ਖੁਸ਼ੀਆਂ ਦੇ ਸੀ। ਅਤੇ ਗੱਲ ਹੋਈ ਹੋ ਮਾਤਾ ਕਿਵੇਂ ਨੇ, ਬੱਚਾ ਕਿਵੇਂ? ਸਾਰਾ ਸਾਰੇ ਵਧੀਆ ਜੀ, ਤਿੰਨੇ ਮਾਂ ਪਿਓ ਤਾਂ ਪੂਰੇ ਕਾਇਮ ਆ ਜੀ, ਖੁਸ਼ ਨੇ ਪੂਰੇ, ਅਤੇ ਬਸ ਥੋੜ੍ਹੇ ਦਿਨਾਂ 'ਚ ਹਵੇਲੀ 'ਚ ਵਰਤ ਜਾਣਗੇ ਜੀ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਉਵੇਂ ਹੀ ਆਵਾਜ਼ ਗੂੰਜੂਗੀ? ਮੈਂ ਕਹਿੰਦਾ ਨਾੜੇ ਕਰਦੇ ਕੱਪੜਾ ਹੀ ਮਾਰੀ ਜਾਂਦਾ ਜੀ, ਬਸ ਉਹਦੇ ਆਉਣ ਤੋਂ ਪਹਿਲਾਂ ਸਾਰੇ ਨਾੜੇ ਸਾਫ਼ ਕਰ ਦਾਂਗੇ ਅਤੇ ਉਹਨੇ ਚਲਾਉਣੇ ਆ ਕੇ ਜੀ। 59-11 'ਤੇ ਹੋਵੇਗੀ ਛੋਟੇ ਮੂਸੇਵਾਲਾ ਦੀ ਐਂਟਰੀ। ਚਮਕਾਇਆ ਜਾ ਰਿਹਾ ਸਿੱਧੂ ਮੂਸੇਵਾਲੇ ਦਾ ਫੇਵਰਟ ਟਰੈਕਟਰ। ਜਲਦ ਮੂਸਾ ਹਵੇਲੀ 'ਚ ਪੈਰ ਪਾਵੇਗਾ ਛੋਟਾ ਸਿੱਧੂ। ਮੂਸਾ ਪਿੰਡ 'ਚ ਹੋਇਆ ਦੀਵਾਲੀ ਵਰਗਾ ਮਾਹੌਲ।